ਛੱਡੇ ਮੇਰ ਹੁੰਦੇ। ਅੱਜ ਉਸ ਬਹੁਜਨ ਸਮਾਜ ਜੋ ਯੋਧੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਇਹ ਸਾਬਤ ਕਰ ਦਿੱਤਾ ਕਿ ਬਹੁਜਨ ਸਮਾਜ ਦੇ ਯੋਧਿਆਂ ਨੇ ਉਹਨਾਂ ਮਨੁੱਖਵਾਦੀ ਸਰਕਾਰਾਂ ਦੇ ਤਖ਼ਤਾਂ ਨੂੰ ਹਿਲਾ ਕੇ ਰੱਖ ਦਿੱਤਾ। ਲੋੜ ਹੈ ਸਾਨੂੰ ਅੱਜ ਆਪਣੇ ਰਹਿਬਰਾਂ ਦੇ ਨਕਸ਼ੇ ਕਦਮ ਤੇ ਚੱਲਣ ਦੀ, ਕਿਉਂਕਿ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗੋ ਵੱਡਿਆ ਕੌਣ ਭਲੇ। ਸਤਿਗੁਰੂ ਦਾ ਉਪਦੇਸ਼ ਐਸਾ ਕਹੂੰ ਰਾਜ ਮੈਂ ਜਹਾਂ ਮਿਲੇ ਸਬਰ ਕੋ ਅਨਛੋਟ ਬੜੇ ਸਭ ਸਮ ਬਸੇ ਰਵਿਦਾਸ ਰਹੇ ਪ੍ਰਸੰਨ। ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜਿੰਨੀਆਂ ਸਾਰੀਆਂ ਕਮਿਊਨਿਟੀਆਂ ਇੱਥੇ ਤੇ ਮਾਨਸ ਕੀ ਜਾਤ ਸਭ ਇੱਕ ਕੋ ਪਹਿਚਾਨਵੋ, ਉਸ ਅਕਾਲ ਪੁਰਖ ਪਰਮਾਤਮਾ ਨੇ ਸਾਨੂੰ ਇਕੱਠੇ ਰਹਿਣ ਦਾ ਸੰਦੇਸ਼ ਦਿੱਤਾ, ਪਰ ਉਹਨਾਂ ਮਨੁਵਾਦੀ ਲੋਕਾਂ ਨੇ ਸਾਡੇ ਵਿੱਚ ਘੁਸ ਕੇ ਸਾਡੇ ਵਿੱਚ ਪੈੜੇ ਪਾ ਕੇ ਸਾਨੂੰ ਇਕੱਲੇ ਇਕੱਲੇ ਕਰ ਦਿੱਤਾ। ਅੱਜ ਗੁਰਾਂ ਦੇ ਉਪਦੇਸ਼ ਨੂੰ ਸਮਝਣ ਦੀ ਲੋੜ ਹੈ। ਸੋ ਅੱਜ ਅਸੀਂ ਜੇ ਸਮਝ ਗਏ ਹਾਂ ਤਾਂ ਉਹਨਾਂ ਮਨੁਵਾਦੀ ਸਰਕਾਰਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਰਹਿਬਰਾਂ ਨੂੰ ਇਤਿਹਾਸ ਸਾਡੇ ਰਹਿਬਰਾਂ ਦੇ ਇਤਿਹਾਸ ਨੂੰ ਮਿਟਾਉਣ ਦੀ ਕੋਈ ਕੋਸ਼ਿਸ਼ ਨਾ ਕਰੋ, ਕਿਉਂਕਿ ਜੇ ਸਾਡੇ ਰਹਿਬਰਾਂ ਦੇ ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਕਰੋਗੇ ਤਾਂ ਖੁਦ ਮਿਟ ਜਾਓਗੇ। ਅਸੀਂ ਅਮਨ ਪਸੰਦ ਲੋਕ ਹਾਂ, ਅਸੀਂ ਆਪਣੇ ਰਹਿਬਰਾਂ ਦੀ ਬਾਣੀ 'ਤੇ ਪਹਿਰਾ ਦਿੰਦੇ ਹਾਂ। ਸੋ ਜੇਕਰ ਸਾਨੂੰ ਹਥਿਆਰ ਚੱਕਣ 'ਤੇ ਮਜਬੂਰ ਕਰੋਗੇ ਤਾਂ ਅਸੀਂ ਹਥਿਆਰ ਚਲਾਉਣੇ ਰੱਖੇ ਆ, ਛੱਡੇ ਆ, ਚਲਾਉਣੇ ਭੁੱਲੇ ਨਹੀਂ। ਇਸ ਕਰਕੇ ਅਸੀਂ ਮਨੁਵਾਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਸਾਡੇ ਯੋਧੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਸੰਘਰਸ਼ ਕੀਤਾ, ਉਹਨਾਂ ਨੂੰ ਗਲਤ ਪਰਚੇ ਪਾ ਕੇ ਉਹਨਾਂ ਨੂੰ ਅੰਦਰ ਕੀਤਾ ਗਿਆ, ਉਹਨਾਂ ਨੂੰ ਵੀ ਰਿਹਾਅ ਕੀਤਾ ਜਾਵੇ। ਔਰ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਾਚੀਨ ਮੰਦਿਰ ਜੋ ਕਿ ਸਾਰੀ ਦੁਨੀਆਂ ਨੂੰ ਪਤਾ ਹੈ, ਪੂਰੇ ਭਾਰਤ ਨੂੰ ਪਤਾ ਹੈ, ਉਹਨਾਂ ਮਨੁਵਾਦੀ ਤਾਕਤਾਂ ਮਨੁਵਾਦੀ ਸਾਜਿਸ਼ਾਂ ਦੇ ਰਾਹੀਂ ਉਹ ਜਿਹੜਾ ਤੋੜਿਆ ਗਿਆ ਹੈ, ਅਸੀਂ ਉੱਥੋਂ ਦੀ ਸਰਕਾਰ ਨੂੰ, ਉੱਥੋਂ ਦੇ ਰਾਜੇ ਮੋਦੀ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਸ ਦੇਸ਼ ਦਾ ਰਾਜਾ ਉਹਨੂੰ ਚਾਹੇ ਈਵੀਐਮ ਦੇ ਜ਼ਰੀਏ ਬਣਿਆ, ਚਾਹੇ ਧੋਖੇ ਧੜੀ ਨਾਲ ਬਣਿਆ, ਉਹ ਜਿਸ ਤਰ੍ਹਾਂ ਵੀ ਬਣਿਆ ਦੇਸ਼ ਦਾ ਰਾਜਾ ਹੈ, ਜਿਸ ਦੇਸ਼ ਦੀ ਪਰਜਾ ਸੜਕਾਂ 'ਤੇ ਆ ਕੇ ਉਹਨੂੰ ਗਾਲੀ ਗਲੋਚ ਕਰੇ, ਸੜਕਾਂ 'ਤੇ ਆ ਕੇ ਉਸ ਸਰਕਾਰ ਦੇ ਵਿਰੁੱਧ ਰੋਸ ਕਰੇ, ਤਾਂ ਇਹੋ ਜਿਹੇ ਰਾਜੇ ਨੂੰ ਪਾਣੀ ਚੁੱਲੂ ਭਰ ਪਾਣੀ ਵਿੱਚ ਡੁੱਬ ਕੇ ਮਰ ਜਾਣਾ ਚਾਹੀਦਾ। ਸੋ ਅੱਜ ਉਸ ਮੋਦੀ ਸਰਕਾਰ ਨੂੰ, ਉਸ ਮਨੁਵਾਦੀ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਰਹਿਬਰਾਂ ਦੇ ਸਨਮਾਨ ਔਰ ਉਹਨਾਂ ਦੇ ਤੀਰਥ ਸਥਾਨ ਔਰ ਉਹਨਾਂ ਦੇ ਜੋ ਵੀ ਇਤਿਹਾਸ ਹੈ, ਉਹਨਾਂ ਦੇ ਰਾਖੇ ਰਖਵਾਲੇ ਅੱਜ ਹੈ ਤਾਣ ਕੇ ਸਾਰਾ ਜੋ ਬਹੁਜਨ ਸਮਾਜ ਹੈ ਉਹ ਮੈਦਾਨ ਦੇ ਵਿੱਚ ਖੜ੍ਹਾ ਹੈ। ਸੋ ਅਸੀਂ ਉਹਨਾਂ ਨੂੰ, ਕਿਉਂਕਿ ਅਸੀਂ ਪਿਆਰ ਔਰ ਸਤਿਕਾਰ ਦੇ ਆਦੀ ਹਾਂ, ਅਸੀਂ ਹਰ ਇੱਕ ਨਾਲ ਪਿਆਰ ਕਰਦੇ ਹਾਂ, ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ। ਸੋ ਇਸ ਕਰਕੇ ਉਹਨਾਂ ਮਨੁਵਾਦੀ ਸਰਕਾਰਾਂ ਨੂੰ ਕਹਿੰਦੇ ਹਾਂ ਕਿ ਹਜੇ ਵੀ ਸੰਭਲ ਜਾਓ, ਹਜੇ ਵੀ ਮੌਕਾ ਹੈ, ਨਹੀਂ ਤਾਂ ਜੇ ਕਿਤੇ ਬਹੁਜਨ ਸਮਾਜ ਨੇ ਆਪਣਾ ਤਹੱਈਆ ਜਿਹੜਾ ਆ ਉਹ ਰੁੱਖ ਕਿਤੇ ਸਖਤੀ ਨਾਲ ਬਣਾ ਲਿਆ, ਤਾਂ ਇਸ ਦੇਸ਼ ਦੇ ਵਿੱਚੋਂ ਜਿਹੜੇ 3% ਲੋਕ ਆ ਉਹਨਾਂ ਨੂੰ ਠੁੱਡੇ ਮਾਰ ਕੇ ਕੱਢਣ ਲੱਗਿਆ ਸਾਨੂੰ ਦੇਣ ਲੱਗੇਗੀ। ਸੋ ਇਹਨਾਂ ਹੀ ਵਿਚਾਰਾਂ ਦੇ ਨਾਲ ਮੈਂ ਰਜ਼ਾ ਲੈਂਦਾ ਹਾਂ ਔਰ ਆਓ ਆਪਾਂ ਫਤਿਹ ਬੁਲੰਦ ਕਰੀਏ। ਜੈ ਗੁਰੂ ਤੇਗ, ਜੋ ਬੜੇ ਸੋ ਨਿਰਭੈ, ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ। ਸੋ ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਰਜਤ ਮਲ ਜੀ, ਜਿਨ੍ਹਾਂ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ। ਸੋ ਜਿਹੜੀ ਇੱਕ ਹੋਰ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਘਟਨਾ ਘਟਣ ਵਾਲੀ ਆ,
ਉਸ ਦਾ ਮੈਂ ਜੇਕਰ ਆਪ ਸਭ ਸਾਥੀਆਂ ਦੇ ਨਾਲ ਕਰਨਾ ਚਾਹਾਂਗਾ। ਲੁਧਿਆਣੇ ਦੀ ਧਰਤੀ 'ਤੇ ਸਤਿਗੁਰੂ ਰਵਿਦਾਸ ਮਹਾਰਾਜ ਜਿਹੜਾ ਗੁਰੂ